ਯਾਰ ਮੈਂ ਜਥੇਦਾਰ ਬਣਿਆ ਤੁਹਾਡੇ ਰਲ ਕੇ ਖਾਧਾ, ਉਹ ਨਾ ਹੋਵੇ ਸਵੇਰੇ ਤੁਹਾਨੂੰ ਪੈਣੀ ਹੈ ਫੌਜ, ਤੁਸੀਂ ਰਾਤੋ ਰਾਤ ਪਿੰਡ ਵਿਹਲਾ ਕਰ ਦਿਓ, ਪਿੰਡ ਵਿਹਲਾ ਕਰ ਦਿਓ। ਮੈਂ ਬੇਹਿੰਮਤੀ ਨਾ ਵੇਖੋ, ਉਸ ਜੱਟ ਨੇ ਸਾਨੂੰ ਉਠਾਇਆ ਸੀ, ਨਾਂ ਸੀ ਉਹਦਾ ਸੁਰਜਨ ਸਾਧ, ਉਹਨਾਂ ਦੀ ਜਾਤ ਸੀ ਸਾਧ, ਸੁਰਜਨ ਉਹਦਾ ਨਾਂ ਸੀ, ਹਾਂ ਸੁਰਜਨ ਉਹਦਾ ਨਾਂ ਸੀ, ਉਹ ਜਥੇਦਾਰ ਸੀ, ਮਤਲਬ ਅੱਛਾ ਬੰਦਾ ਸੀ, ਅੱਛਾ ਬੰਦਾ ਸੀ, ਸਿੱਖਾਂ ਦਾ ਦਸ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਉਸ ਟਾਈਮ ਮਾਸ਼ਾ ਅੱਲਾ ਹਰ ਚੀਜ਼ ਤੁਸੀਂ ਲੈ ਕੇ ਤੁਰੇ ਹੋ, ਆਪਣਾ ਆਪਣਾ ਲੈ ਕੇ ਤੁਰੋ, ਹਰ ਚੀਜ਼ ਖਾਂਦੇ ਪੀਂਦੇ ਆਏ, ਅਤੇ ਪਾਕਿਸਤਾਨ 'ਚ ਆਏ ਆ, ਇਹ ਲੋਕ ਪੈਦਲ ਆਏ ਆ, ਅਸੀਂ ਰੇਲ ਗੱਡੀ 'ਤੇ ਆਏ ਹਾਂ, ਜ਼ਿਲ੍ਹਾ ਜੇਲ੍ਹ ਤਹਿਸੀਲ ਚਕੌਲ, ਐਸਾ ਥੱਛਾ ਨਹੀਂ ਹੁਣ ਵੇਖ ਕੇ ਆਇਆ ਮੈਂ, ਫੇਰ ਛਾਉਣੀ ਜਾ ਕੇ ਸਾਡੀ ਗੱਡੀ ਲੱਗੀ ਸੀ ਉੱਥੋਂ। ਵਾਲੇਕੁਮ ਜੀ। ਵਾਲੇਕੁਮ। ਕੀ ਨਾਮ ਹੈ ਆਪਣਾ? ਅਬਦੁਲ ਰਸ਼ੀਦ। ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਹੈ? ਮੁਹੰਮਦ ਸਦੀਕ। ਦਾਦਾ ਜੀ ਦਾ ਨਾਮ ਯਾਦ ਹੈ? ਅਹਿਮਦ। ਅਹਿਮਦ ਕਿਹੜੀ ਕੌਮ? ਪਰਦਾਦਾ ਦਾ ਨਾਮ ਬਰਕਤ। ਬਰਕਤ ਕਿਹੜੀ ਕੌਮ ਹੈ ਆਪਣੀ? ਰਾਈ। ਰਾਈ ਤੇ ਤੁਹਾਡੀ ਦੂਸਰਾ ਗੋਤ ਕਿਹੜੀ ਹੈ? ਸਾਡੀ ਮੰਡ। ਮੰਡ ਕਿਹੜੇ ਪਿੰਡ ਬੈਠੇ ਹੋ? ਨੀਲੀ। ਨੀਲੀ ਇਹਦਾ ਜ਼ਿਲ੍ਹਾ ਕਿਹੜਾ, ਤਹਿਸੀਲ ਕਿਹੜੀ ਹੈ? ਨਸ਼ਹਿਰਾ ਬਿਲਕੁਲ, ਤਹਿਸੀਲ ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਗੁਜਰਾਂਵਾਲਾ। ਤੇ ਤੁਹਾਡਾ ਜਿਹੜਾ ਇੰਡੀਆ ਦਾ ਪਿੰਡ ਸੀ ਉਹਦੇ ਬਾਰੇ ਅਸੀਂ ਪੁੱਛਾਂਗੇ ਅਸੀਂ ਤੁਹਾਡੇ ਕੋਲ। ਜੀ ਤੁਹਾਨੂੰ ਹੋਏ ਸੀ ਜਦੋਂ ਆਏ ਹੋ? ਹਾਂ। ਅੱਛਾ ਇੰਨਾ ਤਾਂ ਪਤਾ ਨਹੀਂ ਪਿੰਡ ਸਾਡਾ। ਅੱਛਾ ਕਿਹੜਾ ਪਿੰਡ ਸੀ ਤੁਹਾਡਾ ਜੀ ਉੱਧਰ? ਫਤਿਹਪੁਰ ਖੁੱਡਾ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਗੁਨੌਰ। ਹਾਂਜੀ ਸੁਨੌਰ। ਸਹੀ। ਹੋਰ ਇਹਦੀ ਤਹਿਸੀਲ ਕਿਹੜੀ ਸੀ ਸਾਡੀ? ਹਾਂਜੀ ਪਟਿਆਲਾ। ਪਟਿਆਲਾ ਤਹਿਸੀਲ। ਰਿਆਸਤ ਵੀ ਸਾਡੀ ਉਹ ਹੀ ਸੀ, ਤਹਿਸੀਲ ਵੀ ਸਾਡੀ ਉਹ ਹੀ ਸੀ, ਬਿਲਕੁਲ ਗੱਦੀ ਥੱਲੇ ਦੇ ਰਹਿਣ ਵਾਲੇ। ਅੱਛਾ ਜੀ। ਹਾਂਜੀ ਸਹੀ ਹੋ ਗਿਆ। ਉਸ ਟਾਈਮ ਉੱਥੇ ਕਿਹੜਾ ਪਟਿਆਲੇ ਦਾ ਸਰ ਰਾਜ ਸੀ ਜਦੋਂ 47 ਵੇਲੇ? ਉਹਦਾ ਹਾਂਜੀ ਉਹਦਾ ਪਿਓ ਮਰ ਗਿਆ ਜਿਹਨੇ ਸਾਨੂੰ ਉਜਾੜਿਆ ਨਾ। ਹਾਂਜੀ ਉਹਨੂੰ ਭਲਾ ਜੇ ਆਉਂਦੇ ਹਨ, ਭੈਣ ਚੋਦ ਮੈਂ ਨਾਮ ਭੁੱਲ ਗਿਆ, ਅਤੇ ਉਹਦਾ ਬਾਦਸ਼ਾਹ ਦਾ ਉਹ ਪੁੱਤਰ ਸੀ, ਉਹ ਉਹਨਾਂ 8 ਪੁਸਤਾਂ ਰਾਜ ਕੀਤਾ ਉਹਨਾਂ ਨੇ। ਹਾਂਜੀ ਸਹੀ ਸਹੀ ਸਹੀ। ਅਤੇ 7 ਮਤਾਰਾਂ ਖਲੋ ਕੇ ਖਾਧੀਆਂ ਸਨ, 8ਵੀਂ ਭੱਜਦੇ ਨੂੰ ਮਾਰੀ ਸੀ ਬਾਬਾ ਤੀਵਰ ਲੰਗ ਨੂੰ। ਉਹ ਕੀ ਜੀ ਮੈਨੂੰ ਥੋੜ੍ਹਾ ਦੱਸੋ, ਮੈਨੂੰ ਸਮਝ ਨਹੀਂ ਆਈ। ਜਦੋਂ ਮਾਰੀ ਉਹਨੇ ਆਖਿਆ ਜਾ ਤੁਹਾਡੀਆਂ 7 ਪੁਸਤਾਂ ਰਾਜ ਕਰਨਗੀਆਂ। ਹਿੰਦੁਸਤਾਨ ਪਾਕਿਸਤਾਨ ਬਣਿਆ। ਠੀਕ ਹੋ ਗਿਆ। ਦੱਸੋ ਜੀ ਤੁਹਾਡਾ ਪਿੰਡ ਕਿੱਡਾ ਕੁ ਸੀ? ਪੂਰਾ ਜਿਹਾ 300-400 ਘਰ ਹੈਗਾ ਸੀ? ਨਹੀਂ ਥੋੜਾ ਸੀ। ਸਿੱਖ ਕਿੰਨੇ ਸਨ ਤੇ ਮੁਸਲਮਾਨਾਂ? ਕੋਈ ਸਿੱਖ ਨਹੀਂ ਲਾ, ਸਾਰੇ ਮੁਸਲਮਾਨ ਸਨ। ਰਾਜਪੂਤ ਤਾਂ 1-25, 1-25 ਰਾਜਾਂ ਦੀ, 1-25 ਨੂਨਗੜ ਕੌਮ ਦੀ, ਹਿੰਦੂ ਉਹਨਾਂ ਦੀ, 1-25 ਫਕੀਰਾਂ ਦੀ। ਸਹੀ ਸਹੀ। 4 ਪੱਤੀਆਂ ਦਾ ਪਿੰਡ? 4 ਪੱਤੀ। ਤੇ ਇਹਦੀ ਜ਼ਿਲ੍ਹਾ ਕਿਹੜਾ ਸੀ? ਰਿਆਸਤ ਪਟਿਆਲਾ, ਜ਼ਿਲ੍ਹਾ ਨਹੀਂ ਸੀ, ਉਹੀ ਜ਼ਿਲ੍ਹਾ ਉਹੀ ਤਹਿਸੀਲ ਸਾਡੀ ਉਹੀ ਸੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਇੱਕੋ ਹੀ। ਤੇ ਮੰਦਰ ਵੀ ਹੈ ਸੀ ਹਿੰਦੂਆਂ ਦੇ? ਨਾ ਹਾਂਜੀ ਕੋਈ ਮੰਦਰ ਨਹੀਂ। ਮੰਦਰ ਨਹੀਂ ਸੀ ਹੈ? ਨਾ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਮੁਸਲਮਾਨਾਂ ਦਾ ਲੰਬੜਦਾਰ ਕਿਹੜਾ ਸੀ? ਸਦੀਕ। ਸਦੀਕ ਲੰਬੜਦਾਰ ਸੀ? ਹਾਂਜੀ। ਤੇ ਹਿੰਦੂਆਂ ਦਾ ਵੀ ਕੋਈ ਲੰਬੜਦਾਰ ਹੈ? ਨਾ। ਇੱਕ ਪਿੰਡ ਦੇ ਵਿੱਚ ਇੱਕ ਲੰਬੜਦਾਰ ਸੀ? ਇੱਕੋ ਹੀ ਲੰਬੜਦਾਰ। ਸਹੀ ਹੋ ਗਿਆ। ਤੇ ਤੁਸੀਂ ਸਕੂਲ ਹੈ ਸੀ ਤੁਹਾਡੇ ਪਿੰਡ? ਹਾਂ। ਕਿਹੜੀ ਸਾਈਡ ਤੇ ਸੀ? ਪਿੰਡੇ ਚੜ੍ਹਦੇ ਪਾਸੇ। ਚੜ੍ਹਦੇ ਪਾਸੇ ਸੀ? ਹਾਂਜੀ। ਸਹੀ ਹੋ ਗਿਆ। ਤੇ ਤੁਹਾਡੇ ਬਜ਼ੁਰਗ ਜਾਂ ਤੁਸੀਂ ਉੱਥੇ ਕੀ ਕਰਦੇ ਸੀ? ਵਾਹੀ ਕਰਦੇ ਸਨ? ਵਾਹੀ ਕਰਦੇ ਸਨ। ਵਾਹੀ ਕਰਦੇ ਸਨ। ਹਾਂ। ਤੁਹਾਡੀ ਜ਼ਮੀਨ ਕਿਹੜੀ ਸਾਈਡ ਤੇ ਸੀ? ਸਾਡੀ? ਹਾਂਜੀ ਸਾਡੀ ਪਿੰਡੋਂ ਪਹਾੜ ਵੀ ਸੀ। ਹਾਂਜੀ ਸਾਡੀ ਪਿੰਡੋਂ ਚੜ੍ਹਦੇ ਸੀ, ਤਿੰਨੀ ਥਾਂ ਸਾਡੀ ਜ਼ਮੀਨ ਸੀ ਮੈਨੂੰ ਇੰਨਾ ਪਤਾ। ਅੱਛਾ ਤਿੰਨ ਥਾਂ ਸੀ? ਤਿੰਨ ਥਾਂ। ਸਹੀ। ਤੁਸੀਂ ਡੇਰੇ ਡੂਰੇ ਜਾਂਦੇ ਸੀ ਆਪਣੇ? ਹਾਂ ਖੇਡਦੇ ਚਲੇ ਜਾਂਦੇ। ਅੱਛਾ ਜੀ ਤੇ ਤੁਸੀਂ ਇਹ ਮੈਨੂੰ ਦੱਸੋ ਤੁਸੀਂ ਆਪਣੇ ਜ਼ਮੀਨਾਂ 'ਤੇ ਵੇਖੀਆਂ ਹੋਣੀਆਂ, ਖੂਹ ਉਦੋਂ ਤੁਹਾਡੇ ਪਿੰਡ ਕਾਫੀ ਸਨ ਕਿ ਥੋੜ੍ਹੇ ਸਨ? ਪੂਰੇ ਜੀ ਪੂਰੇ ਪਿੰਡ।
ਚਾਹੇ ਬਜ਼ੁਰਗੋ ਹੁਣ ਮੈਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਹਿੰਦੂਆਂ ਦਾ ਅਤੇ ਮੁਸਲਮਾਨਾਂ ਦਾ ਆਪਸ 'ਚ ਕਿੱਦਾਂ ਸੀ, ਪਿਆਰ ਮੁਹੱਬਤ ਹੈ ਸੀ ਕਿ ਨਹੀਂ? ਬੜਾ, ਉਹਨਾਂ ਦੀ ਕੋਈ ਜ਼ਰੂਰਤ ਹੀ ਨਹੀਂ ਸੀ ਵੀ ਉੱਚਾ ਸਾਹ ਲੈ ਲੈਂਦੇ ਮੁਸਲਮਾਨਾਂ ਦਾ। ਤਿੰਨ ਪੱਤੀਆਂ ਮੁਸਲਮਾਨਾਂ ਦੀਆਂ ਸੀ, ਇੱਕ ਹਿੰਦੂਆਂ ਦੀ ਸੀ? ਇੱਕੋ ਹੀ, ਥੋੜ੍ਹਾ ਜਿਹਾ ਘਰ ਸਨ ਨੂਨਗਰ ਕੌਮ। ਪੱਕੇ ਮਕਾਨ ਸਨ ਕਿ ਕੱਚੇ ਸਨ ਤੁਹਾਡੇ ਪਿੰਡ ਦੇ? ਮੇਰਾ ਖਿਆਲ ਦਾ ਵੀ ਸਾਡਾ ਅੱਧਾ ਪਿੰਡ ਪੱਕਾ ਦਾ, ਬੰਗਲੇ ਬਣੇ ਵਿੱਚ ਬਹਿਣ ਵਾਸਤੇ ਬੜੇ ਬੜੇ, ਅਸੀਂ ਖੇਡ ਜਾ ਰਹੇ ਉਹਨਾਂ ਨਾਲ, ਜਿੱਥੇ ਬੋਰਡ ਸ਼ੋਰ ਲੱਗਾ ਹੁੰਦਾ, ਬੋਰਡ ਲੱਗੇ ਹੋਏ ਤੇ ਬੰਗਲੇ ਬਣੇ ਹੋਏ ਤੇ ਬਹਿਣ ਵਾਸਤੇ ਬੜੀ ਬੜੀ ਥਾਵਾਂ ਬਣੀ ਵੀ ਤੀਆਂ। ਸਿਰਫ ਇੱਕ ਬਜ਼ੁਰਗ ਸੀ ਸਾਡੀ ਪੈਲੀਆਂ ਦੇ ਨਾਲ, ਬਾਬਾ ਰੋਸ਼ਨੀ ਸ਼ਾਹ, ਉਹ 'ਚ ਬਾਰਾਂ ਨਹੀਂ ਸੀ ਪੈਣ ਦਿੰਦਾ, ਰਾਤ ਨੂੰ ਮਿਸਤਰੀ ਬਣਾ ਕੇ ਚੁੜ ਜਾਂਦੇ ਹਨ, ਦਿਨ ਚੜ੍ਹਦੇ ਥੱਲੇ ਹੁੰਦਾ। ਅੱਛਾ, ਬਜ਼ੁਰਗਾਂ ਦੀ ਕਵਰ ਸੀ ਉੱਥੇ ਕੋਈ? ਉਹਨਾਂ ਦੀ ਦਰਬਾਰ ਦੇ ਨਾਲ 150 ਬੀਘਾ ਮਿਲਕ ਸੀ। ਉਹ ਮਲਕੀਅਤ ਸੀ, ਮਿਲਕ ਸੀ ਤੇ ਸਾਡੇ ਪਿਓ ਦਾ ਆਰਡਰ ਸੀ, ਜਿਹਨੂੰ ਮਰਜ਼ੀ ਹਿੱਸੇ ਦਿੰਦਾ, ਜਿਹਨੂੰ ਮਰਜ਼ੀ ਠੇਕੇ ਦਿੰਦਾ। ਅੱਛਾ, ਤੁਹਾਡੇ ਅੰਡਰ ਸੀ, ਤੁਹਾਡੇ ਵਾਲਦ ਦੇ? ਸਾਡੇ ਵਾਲਦ ਦਾ ਅੰਡਰ ਦੇ ਵਿੱਚ ਸੀ। ਹਾਂਜੀ, ਉਹ ਜਿਹੜਾ ਇਮਾਨਦਾਰੀ ਨਾਲ ਬਣਦਾ ਉਹਦੇ ਬੇੜੇ ਪਾਰ। ਹਾਂਜੀ, ਜਿਹੜਾ ਬੇਈਮਾਨੀ ਹਿੱਸੇ ਲੈ ਕੇ ਬੇਈਮਾਨੀ ਕਰਦਾ ਉਹਦਾ ਬੇੜਾ ਗਰਕ। ਸਹੀ ਸਹੀ, ਪਹੁੰਚੇ ਹੋਏ ਬਾਬਾ ਜੀ ਸਾਹਿਬ, ਮੇਲਾ ਸ਼ੇਲਾ ਲੱਗਦਾ ਸੀ ਉਹਨਾਂ ਦਾ? ਹਾਂਜੀ, ਚੰਗਾ। ਸਾਲ ਬਾਅਦ ਪੀਰ ਆਉਂਦੇ ਹਨ ਸੰਡੋਰੇ ਸ਼ਰੀਫ ਤੋਂ, ਸੰਡੋਰਾ ਸ਼ਰੀਫ ਤੋਂ। ਹਾਂਜੀ ਹਾਂਜੀ, ਉਹਨਾਂ ਦੇ ਵਾਰਸ ਤੇ ਸਾਡਾ ਪਿਓ ਬੱਕਰੇ ਕਰਦਾ ਸੀ। ਹਾਂਜੀ, ਤੇ ਮੇਲਾ ਕਰਦਾ, ਮੇਲਾ ਲੱਗਦਾ ਸੀ, ਬੜੇ ਮਸ਼ਹੂਰ ਪਿੰਡ ਦਾ ਮੇਲਾ ਸੀ। ਜਿਹੜੇ ਸੱਜਣ ਸਨ ਉਹ, ਹਾਂਜੀ ਹਾਂਜੀ ਸੱਜਣ ਸਨ, ਉਹਨਾਂ ਦਾ ਹੀ ਉਹ ਰੋਸ਼ਨੀ ਸਾਹਿਬ। ਸਹੀ ਹੋ ਗਿਆ, ਸਹੀ ਹੋ ਗਿਆ, ਉਹ ਜਿੰਦੇ ਸਮਾਏ ਨੇ। ਬਾਬਾ ਰੋਸ਼ਨੀ ਸ਼ਾਹ ਜਿੰਦੇ ਸਮਾਏ ਗਏ। ਸਹੀ ਹੋ ਗਿਆ। ਕਬੱਡੀ ਛਬੱਡੀ ਵੀ ਹੁੰਦੀ ਸੀ, ਘੋਲ ਸ਼ੋਲ ਘੋਲ ਹੁੰਦੇ, ਘੋਲ ਹੁੰਦਾ ਸੀ। ਤੁਹਾਡੇ ਪਿੰਡ ਦਾ ਕੋਈ ਹੈਗਾ ਸੀ ਮਸ਼ਹੂਰ ਭਲਵਾਨ? ਮੈਨੂੰ ਨਹੀਂ ਪਤਾ ਭਲਵਾਨ। ਸਹੀ ਹੋ ਗਿਆ। ਹੁਣ ਦੱਸੋ, ਜਦੋਂ ਉਜਾੜੇ ਦੇ ਵੇਲੇ 47 ਵੇਲੇ, ਆਹੋ, ਕਿੱਦਾਂ ਪਤਾ ਲੱਗਾ ਤੁਹਾਡੇ ਪਿੰਡ ਦੇ ਵਿੱਚ ਕਿ? ਸਾਡੇ ਪਿੰਡ ਦੇ ਵਿੱਚ ਇਹ ਪਤਾ ਲੱਗਾ, ਹਾਂਜੀ, ਸਾਡੇ ਤੋਂ ਸਨੌਰ ਇੰਨੀ ਦੂਰ ਸੀ, ਉਹ ਪਟਿਆਲੇ ਤੋਂ ਪਹਿਲਾਂ ਦਾ ਸ਼ਹਿਰ ਆ, ਬਹੁਤ ਪੁਰਾਣਾ। ਹਾਂਜੀ, ਜਿਵੇਂ ਇੱਥੇ ਮੱਤਾ। ਸਹੀ ਸਹੀ ਸਹੀ। ਅਤੇ ਜਿਹੜਾ ਬਾਦਸ਼ਾਹੀ ਸ਼ਹਿਰ ਸੀ ਉਹ ਸੀ ਜਿਵੇਂ ਭਾਈ ਦੇ ਮਟਮਨ। ਹਾਂਜੀ, ਉਹ ਰਾਤ ਨੂੰ ਪਤਾ ਲੱਗਾ, ਆਇਆ ਇੱਕ ਸੁਰਜਣ ਸਾਧ ਸੀ, ਹਾਂਜੀ, ਸਾਡੇ ਬਾਪੁਰਾਂ ਦਾ ਵੇਲੀ, ਉਹ ਜਥੇਦਾਰ ਸੀ ਸਿੱਖਾਂ ਦਾ। ਸਹੀ ਸਹੀ ਸਹੀ। ਉਹ ਜਿਵੇਂ ਸ਼ਾਮ ਵੇਲੇ ਆਏ ਤਾਂ ਕੋਈ ਸਾਡੇ ਬੰਦੇ ਪਾਰੇ ਦੇ ਬੈਠੇ, ਉਹਨਾਂ ਦੇ ਮਗਰ ਚੜ ਗਏ, ਉਹ ਭੱਜ ਗਏ, ਬਈ ਬਾਬੇ ਜਬਰ ਗੋਏ ਪਰ ਚਲੇ ਗਏ। ਉਹਨਾਂ ਨੇ ਸੁਣਾ ਕਰ ਲਿਆ ਵੀ ਫਲਾਣਾ ਫਲਾਣਾ ਬੰਦਾ ਮੇਰਾ ਪਿਓ ਗਿਆ, ਬਾਬਾ ਗਨੀ ਗਿਆ, ਅਸੀਂ ਦੌਰਾ, ਅਤੇ ਲਬਾਬ ਨਹੀਂ ਸੀ ਉੱਥੇ, ਇਹ ਗਾਇਆ ਕਹਿਣ ਲੱਗਾ ਸੁਰਜਣ ਕਿਆ ਬਾਤ ਸੀ, ਕਹਿਣ ਲੱਗਾ ਯਾਰ ਮੈਂ ਜਥੇਦਾਰ ਬਣਿਆ ਤੁਹਾਡੇ ਨਾਲ, ਕੇ ਖਾਧਾ ਉਹ ਨਾ ਹੋਵੇ ਸਵੇਰੇ ਤੁਹਾਨੂੰ ਪੈਣੀ ਹੈ ਫੌਜ, ਤੁਸੀਂ ਰਾਤੋਂ ਰਾਤ ਪਿੰਡ ਵਿਹਲਾ ਕਰ ਦਿਓ, ਪਿੰਡ ਵਿਹਲਾ ਕਰ ਦਿਓ, ਹਾਂ ਮੈਂ ਬੇਰੁਮਤੀ ਨਾ ਵੇਖੋ। ਅੱਛਾ, ਉਸ ਜੱਟ ਨੇ ਸਾਨੂੰ ਉਠਾਇਆ ਸੀ, ਕੀ ਨਾਂ ਸੀ ਉਹਦਾ? ਸੁਰਜਣ ਸਾਧ, ਉਹਨਾਂ ਦੀ ਜਾਤ ਸੀ ਸਾਧ। ਅੱਛਾ, ਸੁਰਜਣ ਉਹਦਾ ਨਾਂ ਸੀ? ਹਾਂ, ਸੁਰਜਣ ਉਹਦਾ ਨਾਂ ਸੀ। ਅੱਛਾ, ਉਹ ਜਥੇਦਾਰ ਸੀ, ਮਤਲਬ ਅੱਛਾ ਬੰਦਾ ਸੀ, ਅੱਛਾ ਬੰਦਾ ਸੀ, ਸਿੱਖਾਂ ਦਾ ਜਥੇਦਾਰ ਸੀ ਉਹ, ਗੌਰਮੈਂਟ ਨੇ ਬਣਾਇਆ ਬੰਦਾ। ਸਹੀ ਸਹੀ ਸਹੀ। ਤੇ ਫਿਰ ਤੁਸੀਂ ਕਿੱਦਾਂ ਉੱਠੇ ਉੱਥੋਂ? ਉੱਥੋਂ, ਹਾਂਜੀ, ਉੱਥੋਂ ਅਸੀਂ ਨਮਾਜ਼ ਵੇਲੇ ਨਿਕਲ ਪਾਏ, ਜਦੋਂ ਮਸਿੰਘੜ ਆਏ, ਹਾਂਜੀ, ਉੱਥੇ ਗੋਲੀ ਚੱਲ ਗਈ, ਅਸੀਂ ਅਗਾਂਹ ਚਲੇ ਗਏ, ਉੱਥੇ ਸਾਡਾ ਇੱਕ ਬੰਦਾ ਮਰਿਆ, ਅਸੀਂ ਚਬਾਰਿਆਂ ਦੇ ਕੋਠਿਆਂ 'ਤੇ ਸਾਂ, ਹਾਂਜੀ, ਉੱਥੇ ਫੌਜ ਪਈ ਹੈ ਸਾਨੂੰ, ਜਥੇਦਾਰ ਨਹੀਂ ਪਏ ਉਹਨਾਂ, ਫਿਰ ਦੁਆਰੇ ਘੀਰੇ ਸਨ, ਉੱਥੇ ਅੱਗ ਲੱਗ ਗਈ, ਉਹ ਫਿਰ ਸਾਡੇ ਬੰਦੇ ਗੋਲੀ ਚਲਾਈ ਫੌਜ ਨੇ, ਅਸਾਂ ਵੀ ਚਲਾਈ ਗਏ, ਤੁਸੀਂ ਵੀ ਚਲਾਈ? ਹਾਂ, ਅਸਾਂ ਵੀ ਚਲਾਈ, ਉਹਨਾਂ ਨੂੰ ਫਿਰ ਪਿੰਡ 'ਚ ਨਹੀਂ ਵੜਨ ਦਿੱਤਾ, ਉਹ ਫਿਰ ਲੌਂਡੇ ਵਾਲੇ ਨੇ ਸ਼ਾਮ ਵੇਲੇ ਫੌਜ ਪਿੱਛਾ ਉੱਟ ਗਈ। ਉੱਥੋਂ ਨਿਕਲੇ ਫਿਰ ਅਸੀਂ ਆ ਗਏ ਸੇਖੂਪੁਰ, ਜਿੱਥੋਂ ਦਾ ਨਾਂ ਲੈਂਦਾ, ਉਹ ਅਸੀਂ 12-14 ਪਿੰਡਾਂ ਦੇ ਵਿੱਚ ਕੈਂਪ ਲੱਗਾ, ਉੱਥੋਂ ਉੱਥੇ ਫਿਰ ਆ ਗਏ ਸ਼ਹਿਰ ਅੰਬਾਲੇ 'ਚ, ਉੱਥੇ ਕੈਂਪ ਰਿਹਾ, ਫਿਰ ਉੱਥੇ ਰਿਹਾ ਕੋਈ 2 ਮਹੀਨੇ, ਅਤੇ ਗੋਰਖੇ ਸਨ ਨੇਪਾਲ ਦੇ, ਉਹ ਪਾਰੇ ਦੇ ਸਨ, ਉਹ ਕੁੱਟਦੇ ਬੜਾ ਸਨ ਬੰਦਿਆਂ ਨੂੰ, ਉੱਥੋਂ ਫਿਰ ਲੋਕ ਪੈਦਲ ਦੇ ਰਸਤੇ ਚੁਣੇ,
ਬਾਕੀ ਅਸੀਂ ਗੱਡੀ ਦੇ ਰਸਤੇ ਆਏ ਹਾਂ, ਰੇਲ ਗੱਡੀ 'ਚ। ਹਾਂਜੀ ਰੇਲ ਗੱਡੀ 'ਚ। ਹਾਂਜੀ ਸਾਡੀ ਗੱਡੀ ਆਉਣ ਕੇ ਲੱਗੀ ਜੀ ਜ਼ਿਲ੍ਹਾ ਜੇਲ੍ਹ ਤਹਿਸੀਲ ਚਕਵਾਲ ਛੌਣੀ ਦੇ ਵਿੱਚ ਆਉਣ ਕੇ ਗੱਡੀ ਲੱਗੀ ਸਾਡੀ। ਕਿੱਧਰੋਂ ਬੈਠੇ ਤੁਸੀਂ ਉੱਥੋਂ? ਇੰਡੀਆ ਉੱਥੋਂ ਅੰਬਾਲੇ ਤੋਂ ਬੈਠੇ ਸਾਂ, ਇੰਡੀਆ 'ਚੋਂ। ਅੱਛਾ, ਟ੍ਰੇਨ ਦੇ ਵਿੱਚ ਹੁਣ ਸੂਰਤ ਹਾਲ ਦੱਸੋ, ਟ੍ਰੇਨ ਭਰੀ ਸੀ ਫੁੱਲ? ਉੱਤੇ ਵੀ ਭਰੀ ਸੀ, ਥੱਲੇ ਵੀ ਭਰੀ ਸੀ। ਅੱਛਾ ਜੀ। ਹਾਂਜੀ ਛੱਤ ਵੀ, ਛੱਤ 'ਤੇ ਵੀ ਆਦਮ ਸੀ। ਛੱਤ 'ਤੇ ਵੀ ਆਦਮ ਸੀ, ਬੀਬੀਆਂ ਬੱਚੇ ਸਾਰੇ, ਬੀਬੀਆਂ ਅੰਦਰ ਸਨ, ਬੰਦੇ ਬਹੁਤ ਉੱਤੇ ਸਨ ਛੱਤ ਦੇ, ਛੱਤ ਦੇ ਉੱਤੇ, ਛੱਤ ਦੇ ਲੱਗੀ ਪਈ ਸੀ। ਤੁਹਾਡਾ ਇਹਦਾ ਮਤਲਬ ਪਿੰਡ ਸਹੀ ਸਲਾਮਤ ਆ ਗਿਆ? ਸਹੀ ਸਲਾਮਤ। ਕੋਈ ਮਰਿਆ ਤਾਂ ਨਹੀਂ ਰਸਤੇ 'ਚ? ਨਸੀਬ ਮਰਿਆ ਇੱਕ ਬੰਦਾ ਸਾਡਾ, ਇੱਕ ਮਰਿਆ ਬਾਬਾ ਲੱਗਦਾ ਸਾਡਾ, ਉਹ ਖੂੰਜੇ 'ਚੋਂ ਨਾ ਮਾਰ ਕੇ ਨਾਰਾ ਖੋਜੇ ਦੀ ਬੰਦੂਕ ਨੂੰ ਹੱਥ ਪਾ ਲਿਆ ਲਈ ਮੈਂ ਨਾਰਾ ਮਾਰ ਕੇ, ਸਾਡੇ ਬੰਦਾ ਉੱਤੇ ਬੈਠਾ ਸੀ ਲਬਾਬ ਬਈ, ਉਹ ਜਿਹਨੇ ਦੋਵੇਂ ਲੱਗੇ ਨਾ ਭੁੱਲ, ਉਹਨੇ ਮਾਰੀ ਗੋਲੀ ਵੱਜ ਗਈ ਸਾਡੇ ਬੰਦੇ, ਸਾਡੇ ਬੰਦੇ ਕੋਲ ਫੌਜੀ ਫਿਰ ਬੰਦੂਕ ਲੈ ਕੇ ਭੱਜ ਗਈ, ਡਰ ਕੇ ਭੱਜ ਗਿਆ। ਬਿਲਕੁਲ ਬੰਦਾ ਤੁਹਾਡਾ ਹੀ ਮਰ ਗਿਆ? ਬੰਦਾ ਸਾਡਾ ਹੀ ਮਰ ਗਿਆ, ਸਾਡੇ ਕੋਲ ਹੀ ਮਰਿਆ। ਸਹੀ ਹੋ ਗਿਆ। ਹੋਰ ਆਪਣੇ ਰਸਤੇ ਦੀ ਸਾਨੂੰ ਸੂਰਤ ਹਾਲ ਦੱਸੋ, ਕੀ ਕੀ ਵੇਖਿਆ ਰਸਤੇ ਦੇ ਵਿੱਚ? ਅਸਾਂ ਕੁਛ ਵੀ ਨਹੀਂ ਵੇਖਿਆ, ਦੁਨੀਆ ਮਰੀ ਵੀ ਦੇਖੀ ਆ, ਭੁੱਖੀ ਮਰ ਵੀ ਦੇਖੀ ਆ, ਅਸੀਂ ਨਾ ਭੁੱਖੇ ਮਰੇ। ਆ ਜਿਹੜਾ ਸੀ ਇਹਨਾਂ ਨੂੰ ਰਾਤ ਨੂੰ ਲਿਆ ਸਾਂ ਕੱਢ ਕੇ, ਜਿਹੜਾ ਤੁਹਾਨੂੰ ਗੱਲਾਂ ਨੂੰ ਕਿਹਾ ਸਾਨੂੰ ਆ ਕੇ, ਸਾਡੇ ਜੀ ਗਏ ਸਨ ਇਹਨਾਂ ਦੁਆਲੇ, ਸਾਰੇ ਸਿੱਖੀ ਸੀ, ਸਿੱਖ ਸਨ, ਸਿੱਖ ਕੋਈ ਮੁਸਲਮਾਨ ਨਹੀਂ ਸੀ ਇਹਨਾਂ ਦੇ ਪਿੰਡ ਦੇ ਦੁਆਲੇ। ਸਹੀ ਹੋ ਗਿਆ। ਅਤੇ ਦੁਸ਼ਮਣੀ ਬੜੀ ਸੀ, ਅਤੇ ਜਿਹੜੀ ਸਾਡੀ ਦਾਦੀ ਸੀ ਨਾ, ਹਾਂਜੀ, ਉਹ ਇਹਨਾਂ ਦੇ ਵੱਡਿਆਂ ਦੀ ਭੈਣ ਸੀ, ਫੁੱਫੀ ਸੀ ਇਹਨਾਂ ਦੇ। ਸਹੀ ਹੋ ਗਿਆ। ਉਹ ਫਿਰ ਰਾਤ ਨੂੰ ਲਿਆਂਦਾ ਇਹਨਾਂ ਨੂੰ ਕੱਢ ਕੇ ਉੱਥੋਂ ਪਾਣੀਆਂ 'ਚੋਂ, ਇੰਨੇ ਇੰਨਿਆਂ 'ਚੋਂ ਫਿਰ ਸੁੱਖ ਉੱਪਰ ਆਏ ਸਣੇ। ਠੀਕ ਹੋ ਗਿਆ, ਠੀਕ ਹੋ ਗਿਆ। ਬੜੀਆਂ ਮੁਸੀਬਤਾਂ ਵੇਖੀਆਂ। ਤੁਹਾਡੇ ਕੋਲ ਰਾਸ਼ਨ ਪਾਣੀ ਹੈਗਾ ਸੀ ਉਸ ਟਾਈਮ? ਮਾਸ਼ਾ ਅੱਲਾਹ ਹਰ ਚੀਜ਼ ਤੁਸੀਂ ਲੈ ਕੇ ਤੁਰੇ ਹੋ? ਆਪਣਾ ਆਪਣਾ ਲੈ ਕੇ ਤੁਰੇ, ਹਰ ਚੀਜ਼ ਖਾਂਦੇ ਪੀਂਦੇ ਆਏ। ਅਤੇ ਪਾਕਿਸਤਾਨ 'ਚ ਆਏ ਆ ਇਹ ਲੋਕ ਪੈਦਲ ਆਏ ਆ, ਹਾਂਜੀ, ਅਸੀਂ ਰੇਲ ਗੱਡੀ 'ਤੇ ਆਏ ਹਾਂ, ਜ਼ਿਲ੍ਹਾ ਜੇਲ੍ਹ ਤਹਿਸੀਲ ਚਕਵਾਲ, ਹਾਂਜੀ, ਐਸਾ ਹੱਥ ਛੌਣੀ ਹੁਣ ਵੇਖ ਕੇ ਆਇਆ ਮੈਂ, ਫਿਰ ਛੌਣੀ ਜਾ ਕੇ ਸਾਡੀ ਗੱਡੀ ਲੱਗੀ ਸੀ, ਉੱਥੋਂ ਫਿਰ ਅਸੀਂ ਗਏ ਹਾਂ ਬੱਲਾ ਬੁਖਾਰੀ, ਗੌਰਮੈਂਟ ਨੇ ਛੱਡਿਆ ਸਾਨੂੰ ਉੱਥੇ, 8 ਖੂਨ ਵਿੱਚ ਦਾ ਤੇਲ ਨਿਕਲਦਾ, ਜ਼ਿਲ੍ਹਾ ਜੇਲ੍ਹ ਤਹਿਸੀਲ ਚਕਵਾਲ ਬੱਲਾ ਬੁਖਾਰੀ ਪਿੰਡ ਆ, ਬਲਕਸਰ ਵੀ ਉਹਨੂੰ ਆਉਂਦੇ ਨੇ, ਮਿੱਟੀ ਦਾ ਤੇਲ ਅਜੇ ਵੀ ਨਿਕਲਦਾ ਗੱਡੀਆਂ ਦੀ ਗੱਡੀਆਂ ਉੱਥੋਂ, ਹਾਂ ਹੁਣ ਵੀ ਅੱਜ ਵੀ ਉੱਥੇ ਬੈਠੇ ਹੋ ਜਾ ਕੇ? ਹਾਂਜੀ ਉੱਥੇ ਬੈਠੇ। ਅੱਛਾ ਉੱਥੇ ਬੈਠੇ, ਉੱਥੋਂ ਫਿਰ? ਉੱਥੋਂ ਫਿਰ ਪਹਾੜੀ ਇਲਾਕਾ ਸੀ, ਹਾਂਜੀ, ਦੂਸਰੇ ਸਾਡੇ ਅੰਗ ਸਾਗ ਇੱਧਰ ਸਨ, ਹਾਂਜੀ, ਅਤੇ ਉਹ ਮੇਰਾ ਇੱਧਰ ਆ ਖੜਗਾ, ਮੈਂ ਅਤੇ ਕੂਫਾ ਪਹਾੜੀ ਇਲਾਕਾ, ਉਹ ਅੱਛਾ, ਅਤੇ ਅਸਲ ਧੜੀ ਵੀ ਉੱਥੇ ਹੀ ਆ, ਉੱਥੋਂ ਫਿਰ ਉੱਠ ਕੇ ਇੱਧਰ ਬਸ ਫਿਰ ਇੱਥੇ ਧੱਕੇ ਹੀ ਖਾਂਦੇ ਰਹੇ। ਨਹੀਂ ਫਿਰ ਇਸ ਪਿੰਡ 'ਚ ਆ ਗਏ? ਫਿਰ ਇਸ ਪਿੰਡ 'ਚ ਆ ਗਏ? ਹਾਂਜੀ। ਮੈਂ ਸੁਣਿਆ ਜੀ ਉੱਥੇ ਟ੍ਰੇਨਾਂ ਵੀ ਵੱਡੀਆਂ ਗਈਆਂ, ਤੁਹਾਡੀ ਟ੍ਰੇਨ ਕਿੱਦਾਂ ਬਚ ਕੇ ਆ ਗਈ ਉੱਥੋਂ? ਅੱਲਾਹ ਤਾਲਾ ਬਚਾਉਣ ਵਾਲਾ। ਨਹੀਂ ਟ੍ਰੇਨਾਂ ਵੱਡੀਆਂ ਗਈਆਂ ਸੀ ਕੋਈ? ਹਾਂ ਵੱਡੀਆਂ ਗਈਆਂ। ਨਹੀਂ ਬਜ਼ੁਰਗ ਦੱਸ ਦੇ, ਆਹ ਜਿਹੜਾ ਸ਼ੇਰੇਕੋਟ ਵਾਲਾ ਗਿਆ ਸੀ ਨਾ, ਹਾਂਜੀ, ਇਹ ਰਿਆਸਤ ਪਟਿਆਲੇ ਮਹਾਰਾਜ ਕੇ ਬਿਆਹਬਾਦ ਦਾ ਬੇਟੀ ਚੋਟ, ਇੱਕ ਤਾਰਾ ਸਿੰਘ ਸੀ ਉਹ ਡਿਵਾਲ ਦਾ ਸੀ, ਹਾਂਜੀ, ਇਹਨਾਂ ਜਾ ਕੇ ਆਖਿਆ ਅਗਰ ਤੁਸੀਂ ਆਰਾਮ ਨਾਲ ਬੈਠੇ ਹੋ ਸਾਨੂੰ ਤਾਂ ਮਾਰ ਛੱਡਿਆ ਉੱਧਰ, ਇਹਨੇ ਜਾ ਕੇ ਜ਼ੁਲਮ ਕਰਾਇਆ। ਤੁਸੀਂ ਉਦੋਂ ਨਿਕਲ ਆਏ ਸੀ ਕਿਹੜੇ ਰਸਤੇ? ਨਹੀਂ ਉਦੋਂ ਅਸੀਂ ਇੱਥੇ ਬੈਠੇ ਸੀ, ਉੱਥੇ ਬੈਠੇ ਸੀ, ਉਦੋਂ ਆਪਣੇ ਘਰ ਬੈਠੇ ਸਨ ਜਦੋਂ ਇਹ ਗਏ ਮਿਸ਼ਨ ਪਿੱਛੇ। ਇਹ ਜਿਹੜੇ ਤੁਹਾਡੇ ਪਿੰਡ ਬੈਠੇ ਨੇ, ਹਾਂਜੀ ਹਾਂਜੀ ਹਾਂਜੀ, ਇਹਨਾਂ ਦੇ ਬਾਰੇ ਦੱਸੋ। ਇਹ ਪਿੱਛੇ ਵਜ਼ੀਰ ਸਨ। ਕੀ ਨਾਮ ਸੀ ਇਹਨਾਂ ਦੇ ਸ਼ਾਹ ਸਾਹਿਬ ਦਾ? ਅਫਜ਼ਾਲ ਸ਼ਾਹ। ਅਫਜ਼ਾਲ ਸ਼ਾਹ ਇਹਨਾਂ ਦੇ ਜਿਹੜੇ ਵੱਡੇ ਸਨ ਵਜ਼ੀਰ ਸਨ। ਕਿਹੜੇ ਰਾਜੇ ਦੇ ਵਜ਼ੀਰ ਸਨ? ਭੁਪਿੰਦਰ ਸਿੰਘ। ਭੁਪਿੰਦਰ ਸਿੰਘ ਪਟਿਆਲੇ ਦਾ? ਹਾਂ ਪਟਿਆਲੇ ਦਾ, ਰਿਆਸਤ। ਅੱਛਾ ਉਹਦਾ ਬੜੀ ਵੱਡੀ ਰਿਆਸਤ। ਅਫਜ਼ਾਲ ਸਾਹਿਬ ਦੇ ਵਾਲਦ ਸਾਹਿਬ ਸਨ? ਹਾਂਜੀ ਜਿਹੜੇ ਵਜ਼ੀਰ ਉਹ ਵਜ਼ੀਰ ਸਨ ਉਹਨਾਂ ਦੇ। ਇਹਨਾਂ ਦੇ ਦਾਦੇ ਪੜਦਾਦੇ ਹੀ ਤੁਹਾਡੇ ਪਿੰਡ ਦੇ ਵਿੱਚ ਵੱਡੇ ਇਸ ਟਾਈਮ ਮਾਲਕੀਅਤ ਹੈ ਨਾ ਸਲੀਲ ਦੇ ਵਿੱਚ? ਹਾਂਜੀ ਅਫਜ਼ਾਲ ਸ਼ਾਹ ਸਾਹਿਬ ਦੇ। ਹਾਂਜੀ ਸੈਯਦ ਨੇ ਆ? ਹਾਂ ਸੈਯਦ। ਸਹੀ ਹੋ ਗਿਆ। ਇਹ ਪਿੱਛੇ ਪਿੰਡ ਇਹਨਾਂ ਦਾ ਕਿਹੜਾ ਸੀ? ਪਟਿਆਲਾ ਸੀ ਇਹਨਾਂ ਦਾ ਸ਼ਹਿਰ? ਹਾਂਜੀ ਸ਼ਹਿਰ ਪਟਿਆਲਾ। ਸ਼ਹਿਰ ਪਟਿਆਲੇ ਦਾ, ਬਾਦਸ਼ਾਹੀ ਸ਼ਹਿਰ ਦੇ ਰਹਿਣ ਵਾਲੇ ਸੀ। ਸਹੀ ਸਹੀ ਸਹੀ। ਤੇ ਹੁਣ ਲੀਲ ਦੇ ਵਿੱਚ ਜ਼ਮੀਨ ਇਹਨਾਂ ਦੀ ਪਈ ਹੈ ਉਧਰੋਂ? ਲੀਲ ਚ ਸੇਤਨ ਸਪਰਾਵਾਂ ਝੰਗ ਕਿੰਨੀ ਕਿੰਨੀ ਪਈ ਇੱਥੇ ਤੁਹਾਡੇ ਪਿੰਡ? ਕਿੰਨੀ ਪਈ ਇਹਨਾਂ ਦੀ? ਇਹਦੇ 9 ਮਰਬੇ ਸੀ। 9 ਮਰਬੇ? 10 ਮਰਬੇ। ਉਸ ਤੋਂ ਬਾਅਦ ਅੱਗੇ ਸਪਰਾਜ ਕਿੰਨੀ ਪਈ?
ਉੱਥੇ 6 ਮਰਬੇ ਖਰੇ 8 ਮਰਬੇ ਇੰਨੀ ਹੈ ਅਤੇ 3 ਮਰਬੇ ਰੋਖਿਆਂ ਦੀ ਰੋਖਿਆ ਪਈ ਹੈ ਝੰਗ ਵੀ ਸੀ ਮਦਰੇ ਵਾਲੀ ਵੀ ਸੀ ਹਾਂ ਅਤੇ ਕੁਝ ਕੁਲਰਾਂ ਵਾਲੇ ਸੀ ਇਹਨਾਂ ਦੀ ਜ਼ਮੀਨ ਉਹ ਸਾਂਝੀ ਮਾਂਝੀ ਸੀ ਲਾਹੌਰ ਬੈਠਾ ਇਹਨਾਂ ਦਾ ਕਬੀਲਾ ਉਹ ਬਹੁਤ ਵੱਡਾ ਬਾਗ ਸੀ ਜ਼ਿਲ੍ਹੇ 'ਚ ਬਹੁਤ ਸ਼ਰੀਫ ਹਨ ਆਦਮੀ ਜਦੋਂ ਤੁਸੀਂ ਆਏ ਹੋ ਉਸ ਪਿੰਡੋਂ ਜਿਹੜਾ ਤੁਸੀਂ ਦੱਸ ਰਹੇ ਹੋ ਇੱਧਰ ਜੇਹਲਮ ਵਾਲੀ ਸਾਈਡ ਤੋਂ ਹਾਂਜੀ ਇੱਥੇ ਬੈਠੇ ਹੋ ਆ ਕੇ ਉਦੋਂ ਇਹਨਾਂ ਦਾ ਖਾਨਦਾਨ ਇਸ ਪਿੰਡ 'ਚ ਆ ਕੇ ਬੈਠਾ ਸੀ ਕਿ ਲਾਹੌਰ ਬੈਠਾ ਸੀ ਇਹ ਬੈਠੇ ਝੰਗ ਅੱਛਾ ਝੰਗ ਬੈਠੇ ਸਨ ਹਾਂਜੀ ਜ਼ਮੀਨ ਉਹਨਾਂ ਨੂੰ ਇੱਥੇ ਪਈ ਸੀ ਜ਼ਮੀਨ ਇੱਕ ਥਾਂ ਪਈ ਵੀ ਹੈ 32 ਥਾਣਾਂ ਦੀ ਜ਼ਮੀਨ 'ਤੇ ਸਹੀ ਹੋ ਗਿਆ ਸਹੀ ਹੋ ਗਿਆ ਸਹੀ ਹੋ ਗਿਆ ਹੁਣ ਉਹਨਾਂ ਦਾ ਡੇਰਾ ਸ਼ੇਰਾ ਇੱਥੇ ਹੀ ਹੈ ਹਾਂ ਇੱਥੇ ਵੀ ਹੈ ਸਪਰਾਵਾਂ ਵੀ ਹੈ ਠੀਕ ਹੋ ਗਿਆ ਝੰਗ ਵੀ ਹੈ ਅਤੇ ਤੁਸੀਂ ਆਪਣੀ ਜ਼ਮੀਨ ਦੇ ਬਾਰੇ ਦੱਸੋ ਕਿ ਤੁਹਾਡੀ ਇੱਥੇ ਪੂਰੀ ਮਿਲ ਗਈ ਤੁਹਾਨੂੰ ਆ ਕੇ ਸਮਝੋ ਪੰਜਵਾਂ ਹਿੱਸੇ ਵੀ ਨਹੀਂ ਮਿਲੀ ਕਿ ਤੁਹਾਡੇ ਕਾਗਜ਼ ਨਹੀਂ ਸੀ ਪੂਰੇ ਆ ਕੀ ਮਸਲਾ ਹੋਇਆ ਸਾਡੀ ਉਹ ਪਿੱਛੇ ਵੀ ਰਹਿ ਗਈ ਜਿਹੜੀ ਆਈ ਆ ਉਹ ਵੀ ਨਹੀਂ ਸਾਨੂੰ ਮਿਲੀ ਉਹ ਵੀ ਪੰਜਵਾਂ ਹਿੱਸਾ ਨਹੀਂ ਮਿਲੀ ਅੱਛਾ ਕਿੰਨੀ ਪਈ ਤੁਹਾਡੇ ਇੱਥੇ ਖਾਨਦਾਨ ਨੂੰ ਹੈ ਤੁਹਾਡੇ ਖਾਨਦਾਨ ਨੂੰ ਕਿੰਨੀ ਪਈ ਜ਼ਮੀਨ ਇੱਥੇ ਆ ਕੇ ਸਾਡੇ ਪਿਓ ਦੀ ਗੱਲ ਕਰ ਤੂੰ ਖਾਨਦਾਨ ਨੂੰ ਛੱਡ ਤੂੰ ਅੱਛਾ ਤੁਹਾਡੇ ਵਾਲਾ ਸਾਹਿਬ ਦੇ ਕਿੰਨੀ ਪਈ ਸਾਡੀਆਂ 7 ਪੈਲੀਆਂ ਬਸ ਹਾਂ ਅੱਛਾ ਜੀ ਬਜ਼ੁਰਗੋ ਦੱਸੋ ਆਪਣੇ ਸ਼ਾਹ ਸਾਹਿਬ ਦੀ ਗੱਲਬਾਤ ਕੋਈ ਹਾਂਜੀ ਦੱਸ ਰਹੇ ਹਾਂ ਜਦੋਂ ਗਏ ਨਾ ਸ਼ਿਮਲਾ ਕਾਲਕਾ ਸੈਰ ਕਰਨ ਹਾਂਜੀ ਅੰਗਰੇਜ਼ ਆ ਗਿਆ ਅੰਗਰੇਜ਼ ਨੇ ਪੁੱਛਿਆ ਕਿੱਥੇ ਸੈਰ ਕਰਨ ਗਏ ਜੀ ਇਹ ਦੱਸੋ ਥੋੜ੍ਹਾ ਜਿਹਾ ਸ਼ਿਮਲਾ ਕਾਲਕਾ ਇਹ ਕਿੱਥੇ ਕੁ ਹੈ ਰਿਆਸਤ ਦੇ ਵਿੱਚ ਸੀ ਬਹੁਤ ਦੂਰ ਸੀ ਹਾਂਜੀ ਇਹ ਕਿਵੇਂ ਦਾ ਇਲਾਕਾ ਹੈ ਜੀ ਠੰਡਕ ਦਾ ਇਲਾਕਾ ਸ਼ਿਮਲਾ ਜਿਹੜਾ ਹਾਂਜੀ ਠੰਡਕ ਦਾ ਇਲਾਕਾ ਉਹਨੇ ਪੁੱਛਿਆ ਸ਼ਰਾਬ ਪਿਆ ਕੇ ਜੱਟ ਨੂੰ ਕਰਕੇ ਮਸਤ ਉਹਨੇ ਕਿਹਾ ਜੀ ਤੁਹਾਡੇ ਕੋਲ ਤਾਂ ਏਡੇ ਵੱਡੇ ਰਿਆਸਤ ਛੋਟਾ ਜਿਹਾ ਥੋੜ੍ਹਾ ਜਿਹਾ ਇਲਾਕਾ ਨਾ ਸ਼ਿਮਲਾ ਕਾਲਕਾ ਨੂੰ ਸਮਝੇ ਦੇ ਸ਼ਾਹ ਉਹ ਬਾਹਰ ਸੈਰ ਕਰਨ ਚਲੇਗਾ ਸਹੀ ਉਹਨੇ ਆਖਿਆ ਲੈ ਲਓ ਜੀ ਉਹਨੇ ਆਖਿਆ ਜੀ ਇੱਥੇ ਦਸਤਖਤ ਕਰ ਦਿਓ ਉਹਨੇ ਦਸਤਖਤ ਕਰ ਦਿੱਤੇ ਇਹ ਜਿਹੜਾ ਖਾਨਾ ਨਾ ਇਹ ਤੁਹਾਡੇ ਵਜ਼ੀਰ ਦੇ ਦਸਤਖਤ ਹੋਣਾ ਨਾ ਸਹੀ ਸਹੀ ਉਹ ਮਸਤ ਹੋਇਆ ਸ਼ਰਾਬ ਅਤੇ ਉਹਨੂੰ ਕੋਈ ਪਤਾ ਨਹੀਂ ਜਦੋਂ ਆਏ ਸ਼ਾਹਰ ਉਹਨੇ ਪੁੱਛਿਆ ਕਿਉਂ ਬਈ ਅੰਗਰੇਜ਼ ਨੇ ਤੁਹਾਡੇ ਸ਼ਾਹਰਾਂ ਦੇ ਦਸਤਖਤ ਕਰ ਦਿੱਤਾ ਨੇ ਮਹਾਰਾਜ ਨੇ ਤੁਹਾਡੇ ਨੇ ਸ਼ਾਹ ਜੀ ਅਸੀਂ ਕਾਹਦੇ ਆਖੇ ਜੀ ਅਸੀਂ ਥੋੜ੍ਹਾ ਜਿਹਾ ਇਲਾਕਾ ਲਿਆ ਸੀ ਮੇਰਾ ਕਾਲਕਾਂ ਦਾ ਆਖੇ ਜੀ ਵਿਖਾਓ ਫੁਲਕ ਜੋ ਵਰਕਾ ਆਇਆ ਆਖਣ ਲੱਗਾ ਜੀ ਆਹ ਤੁਹਾਡੇ ਮਹਾਰਾਜ ਨੇ ਇੱਥੇ ਤੁਸੀਂ ਕਰਨਾ ਵਰਕਾ ਹੀ ਖਿੱਚ ਕੇ ਪਾੜ ਕੇ ਚੱਬ ਕੇ ਅੰਦਰ ਸ਼ਾਹ ਸਾਹਿਬ ਜਿਹੜੇ ਸਨ ਹਾਂਜੀ ਵਜ਼ੀਰ ਸਨ ਉਹਨਾਂ ਦੇ ਅੰਦਰ ਲੰਘਾ ਲਿਆ ਵਜ਼ੀਰ ਨੇ ਅੱਛਾ 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 ਇਹਨਾਂ ਦੇ ਵੱਡੇ ਨੇ ਸਹੀ 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 ਚੱਬ ਕੇ ਅੰਦਰ ਲੰਘਾ ਲਿਆ ਉਹਨੂੰ ਫੜਿਆ ਵਾਲਾਂ ਨੂੰ ਖਿੱਚ ਕੇ ਸੁੱਟਿਆ ਕਾਰ 'ਚ ਲਿਆਂਦਾ ਪਟਿਆਲੇ ਟੀਕੇ ਟੂਕੇ ਲਵਾਏ ਹੋਸ਼ ਆਈ ਆਖਣ ਲੱਗਾ ਸ਼ਾਹ ਜੀ ਆਖੇ ਹਾਂਜੀ ਆਖੇ ਯਾਰ ਇੱਕ ਗਲਤੀ ਹੋ ਗਈ ਹਲਕੀ ਆਖੇ ਮੇਰੇ ਕੋਲ ਦਸਤਖਤ ਕਰਾ ਲਿਆ ਅੰਗਰੇਜ਼ਾਂ ਮੈਨੂੰ ਪਤਾ ਨਹੀਂ ਲੱਗਾ ਅਤੇ ਤੁਸੀਂ ਵੀ ਕਰ ਦਿੱਤੇ ਨੇ ਆਖੇ ਲੱਗਾ ਤੂੰ ਤਾਂ ਪਾਗਲ ਹੈ ਮੈਂ ਵੀ ਕਰ ਦਿੰਦਾ ਰਾਜੇ ਨੂੰ ਕਿਹਾ ਹਾਂ ਵਜ਼ੀਰ ਨੇ ਕਿਹਾ ਸ਼ਾਹ ਮੈਂ ਵੀ ਕਰ ਦਿੰਦਾ ਆਖੇ ਹੁਣ ਕੀ ਬਣੇਗਾ ਜਿਹੜੇ ਮੇਰੇ ਦਸਤਖਤ ਹੈ ਆਖੇ ਜੇ ਉਹਨਾਂ ਕੋਲ ਹੋਣਗੇ ਤੁਸੀਂ ਕਿਵੇਂ ਬਣੇਗਾ ਆਖੇ ਬਣਨਾ ਕੀ ਉਹ ਆਉਂਦੇ ਦਸਤਖਤ ਮੈਂ ਫੋਲ ਕੇ ਜਦੋਂ ਆਖੇ ਜੀ ਇੱਥੇ ਹੋਣੇ ਮੈਂ ਵਰਕਾ ਹੀ ਪਾੜ ਕੇ ਫਿਰ ਅਖੇ ਮੈਂ ਚੱਬ ਕੇ ਅੰਦਰ ਮੇਰੇ ਪੇਟ 'ਚ ਉਦੋਂ ਹੀ ਮਾਰੀ ਛਾਲ ਬਾਦਸ਼ਾਹ ਨੇ ਚੁੱਕ ਲਿਆ ਖੁਸ਼ੀ ਵਿੱਚ ਆ ਗਿਆ ਆਖਣਾ ਤਾਂ ਮਿਲਖ ਮੰਗ ਉਹ ਇਲਾਕਾ ਹੀ ਚੱਲਿਆ ਸੀ ਇਸ ਤਰ੍ਹਾਂ ਇਹਨਾਂ ਨੂੰ ਜ਼ਮੀਨ ਗੁਰੂ ਜਿਹੜਾ ਤੁਹਾਡਾ ਪੁਰਾਣਾ ਪਿੰਡ ਜਿੱਥੇ ਤੁਹਾਡਾ ਦਰਬਾਰ ਸੀ ਹਾਂਜੀ ਪੀਰਾਂ ਦਾ ਹਾਂਜੀ ਉਹ ਤੁਸੀਂ ਆਪਣਾ ਦਰਬਾਰ ਵੇਖਣਾ ਚਾਹੁੰਦੇ ਹੋ ਹਾਂ ਮਾਸ਼ਾਅੱਲਾ ਦਿਲ ਕਰਦਾ ਤੁਹਾਡਾ ਹਾਂਜੀ ਤੇ ਅਗਰ ਜੀ ਕੋਈ ਸੁਣਦਾ ਹੋਏਗਾ ਇਨਸ਼ਾਅੱਲਾ ਤੁਹਾਡਾ ਤੁਹਾਨੂੰ ਪਿੰਡ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਚਲੋ ਅਗਰ ਤੁਹਾਡਾ ਕੋਈ ਰਿਕਾਰਡਿੰਗ ਸੁਣੇਗਾ ਨਾ ਅਸੀਂ ਤੁਹਾਨੂੰ ਲਿਆ ਕੇ ਵਿਖਾਵਾਂਗੇ ਕਿ ਤੁਹਾਡਾ ਕੋਈ ਉੱਥੋਂ ਦਾ ਵੀਰ ਭਰਾ ਤੁਹਾਨੂੰ ਤੁਹਾਡਾ ਪਿੰਡ ਵਿਖਾ ਦੇ ਅਤੇ ਫਿਰ ਅਸੀਂ ਤੁਹਾਨੂੰ ਲਿਆ ਕੇ ਵਿਖਾਵਾਂਗੇ ਦਿਲ ਕਰਦਾ ਫਿਰ ਮਾਸ਼ਾਅੱਲਾ ਠੀਕ ਹੋ ਗਿਆ ਬਜ਼ੁਰਗੋ ਮਿਹਰਬਾਨੀ ਬਹੁਤ ਸ਼ੁਕਰੀਆ